ਕਿਸਾਨ ਦੋਸਤੋ ਭਾਰਤੀ ਮੌਸਮ ਵਿਭਾਗ ਨਵੀਂ ਦਿੱਲੀ ਦੀ ਸਹਾਇਤਾ ਦੇ ਨਾਲ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ 9 ਸਤੰਬਰ 2020 ਤੱਕ ਪੂਰੇ ਉੱਤਰ ਪੱਛਮ ਭਾਰਤ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਰਹੇਗਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਚੰਗੀ ਬਾਰਿਸ਼ ਹੋਈ ਹੈ ਕਈ ਜਗ੍ਹਾ ਨੁਕਸਾਨ ਵਾਲੀ بارش ਹੋਈ ਹੈ ਵੈਸੇ ਤਾਂ ਇਸ ਟਾਈਮ ਤੇ ਜੋ بارش ਹੁੰਦੀ ਹੈ ਨਿਸਰੇ ਝੋਨੇ ਦੀ ਹਰ ਜਗ੍ਹਾ ਹੀ ਨੁਕਸਾਨ ਵਾਲੀ ਹੁੰਦੀ ਹੈ ਭਾਵੇਂ ਉਹ ਥੋੜੀ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ ਹੈ ਪਰੰਤੂ ਕੁਝ ਏਰੀਏ ਦੇ ਵਿੱਚ ਪਾਣੀ ਭਰਨ ਕਰਕੇ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੁਣ ਉਮੀਦ ਹੈਗੀ ਹੈ ਕਿ 7 ਸਤੰਬਰ 2020 ਤੋਂ ਲੈ ਕੇ 9 10 11 ਸਤੰਬਰ 2020 ਤੱਕ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਸਭ ਤੋਂ ਪਹਿਲਾਂ ਆਪਾਂ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੀ ਗੱਲ ਕਰੀ ਗਏ ਆਪਾਂ ਇੱਥੇ 6 ਸਤੰਬਰ ਨੂੰ ਲਗਭਗ 25% ਏਰੀਏ ਦੇ ਵਿੱਚ ਵਰਖਾ ਹੋ ਸਕਦੀ ਹੈ 7 8 9 ਸਤੰਬਰ 2020 ਨੂੰ ਤਾਪਮਾਨ ਵਧਨੇ ਸ਼ੁਰੂ ਹੋਣਗੇ ਤੇ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਮੈਂ ਫੇਰ ਤੁਹਾਨੂੰ ਇੱਕ ਚੀਜ਼ ਯਾਦ ਦਿਵਾਉਣੀ ਚਾਹਣਾ ਹੈ ਕਿ ਵੀ ਇਹਨਾਂ ਦਿਨਾਂ ਦੇ ਵਿੱਚ ਜੇਕਰ ਤਾਪਮਾਨ ਜ਼ਿਆਦਾ ਵੱਧਦਾ ਵੈਸੇ ਤਾਪਮਨ ਉਸ ਲੈਵਲ ਤੇ ਨਹੀਂ ਜਾਣਗੇ ਪਰੰਤੂ ਕੁਝ ਲੋਕਲ ਘਟਨਾਵਾਂ ਘਟ ਸਕਦੀਆਂ ਹੁੰਦੀਆਂ ਕਿ اچانک ਬੱਦਲ ਬਣ ਕੇ ਵਰਖਾ ਹੋ ਸਕਦੀ ਹੁੰਦੀ ਹੈ ਉੱਤਰਾਖੰਡ ਦੇ ਵੀਰਾਂ ਦੇ ਲਈ ਅਜੇ 6 ਸਤੰਬਰ ਪ੍ਰਮੁੱਖ ਵਰਖਾ ਵਾਲਾ ਦਿਨ ਹੋਊਗਾ ਜਿਹੜਾ 75% ਏਰੀਆ ਕਵਰ ਕਰ ਸਕਦਾ ਹੈ 7 ਸਤੰਬਰ ਨੂੰ ਵਰਖਾ ਸਿਮਟਦੀ ਜਾਰੀ ਹੈ 50% 8 ਅਤੇ 9 ਨੂੰ 25% ਏਰੀਏ ਦੇ ਵਿੱਚ ਵਰਖਾ ਰਹਿ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 20 ਵਰਖਾ ਘਟਣੀ ਸ਼ੁਰੂ ਹੋ ਗਈ ਹੈ ਤੇ ਕੇਵਲ ਤੇ ਕੇਵਲ 25% ਏਰੀਏ ਦੇ ਵਿੱਚ ਹੀ ਵਰਖਾ 9 ਸਤੰਬਰ ਤੱਕ ਹੋਣ ਦੀ ਸੰਭਾਵਨਾ ਹੈ ਪੱਛਮੀ ਰਾਜਸਥਾਨ ਨੂੰ ਚੰਗੀ ਵਰਖਾ ਮਿਲੀ ਹੈ ਇਹਨਾਂ ਦਿਨਾਂ ਦੇ ਵਿੱਚ ਹਜੇ 6 ਸਤੰਬਰ ਦੀ ਸਵੇਰ ਤੱਕ ਕਾਫੀ ਏਰੀਏ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜਦੋਂ ਕਿ 6 7 ਅਤੇ 8 ਸਤੰਬਰ ਨੂੰ 25% ਏਰੀਆ ਵਰਖਾ ਕਵਰ ਕਰਦੀ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਮੌਸਮ ਖੁਸ਼ਕ ਹੋਣ ਜਾ ਰਿਹਾ ਹੈ ਤਾ ਦੋਸਤੋ ਮਾਨਸੂਨ ਦੀ ਜੋ ਟਰਫ ਹੈਗੀ ਹੈ ਉਹ ਇਸ ਸਮੇਂ ਬਿਲਕੁਲ ਆਪਣੀ ਸਹੀ ਸਥਿਤੀ ਦੇ ਉੱਪਰ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਅੱਜ ਜੋ ਟਰਫ ਹੈ ਉਹ ਅਮਰitsar, ਕਰਨਾਲ, ਬਰੇਲੀ, ਗੋਰਖਪੁਰ, ਪਟਨਾ, ਜਲਪਾਈਗੁੜੀ ਹੁੰਦੀ ਹੋਈ ਉਰਨਾਚਲ ਪ੍ਰਦੇਸ਼ ਤੋਂ ਦੇ ਵਿੱਚ ਦੀ ਗੁਜ਼ਰ ਰਹੀ ਹੈ ਇਹ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਆਪਾਂ ਜ਼ਿਲ੍ਹੇ ਵਾਰ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਮਾਫੀ ਹੈ ਕਿ ਕੁਝ ਕਾਰਨਾ ਕਰਕੇ ਜਿਸ ਟਾਈਮ ਤੇ ਤੁਹਾਨੂੰ ਸਭ ਤੋਂ ਵੱਧ ਜ਼ਰੂਰਤ ਸੀਗੀ ਉਸ ਟਾਈਮ ਤੇ ਫੋਨ ਸਵਿਚ ਆਫ ਆ ਰਿਹਾ ਹੈ ਇਹ ਕਿਸੇ ਕਮੈਂਟ ਦਾ ਰਿਪਲਾਈ ਨਹੀਂ ਕਰ ਪਾ ਰਿਹਾ ਪਿਛਲੇ 3 ਦਿਨ ਤੋਂ ਵੀਡੀਓ ਵੀ ਨਹੀਂ ਆ ਰਹੀਆਂ ਕੁਝ ਆਪਣੀਆਂ ਪਰਸਨਲ ਦਿੱਕਤਾਂ ਸੀਆਂ ਉਹਦੇ ਲਈ ਮਾਫੀ ਚਾਹਣਾ ਹੈ ਜੇਕਰ ਆਪਾਂ ਪਹਿਲਾਂ ਪੰਜਾਬ ਦੀ ਗੱਲ ਕਰੀਏ ਤਾਂ ਤੁਸੀਂ ਇਹ ਤਾਂ ਜਾਣਦੇ ਹੀ ਹੋ ਕਿ ਜ਼ਿਆਦਾਤਰ ਏਰੀਆ 6 7 8 9 ਸਤੰਬਰ ਨੂੰ ਖੁਸ਼ਕ ਰਹਿਣ ਵਾਲਾ ਹੈ। ਪਰੰਤੂ ਇਕਾਦੁਕਾ ਘਟਨਾਵਾਂ ਘਟ ਸਕਦੀਆਂ। ਤਾਂ ਆਪਾਂ ਦੇਖ ਲਈਏ ਕਿ ਭਾਰਤੀ ਮੌਸਮ ਵਿਭਾਗ ਨੇ ਕਿਸ-ਕਿਸ ਜਗ੍ਹਾ ਵਰਖਾ ਦੇ ਅਸਾਰ ਦੱਸੇ ਹੈ। 6 ਤਰੀਕ ਮਾਫ਼ ਕਰਨਾ 5 ਸਤੰਬਰ ਜਿਹੜਾ ਹਜੇ ਟਾਈਮ ਰਹਿੰਦਾ ਕਿਉਂਕਿ ਜੋ ਵੀ ਇਹ ਮੌਸਮ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜੇ 5 ਦੀ ਹੈ ਤਾਂ 6 ਦੀ ਸਵੇਰੇ 8:30 ਵਜੇ ਤੱਕ ਹੁੰਦੀ ਹੈ। ਤਾਂ ਇਸ ਸਮੇਂ ਦਰਮਿਆਨ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਜਲੰਧਰ ਦੇ ਵਿੱਚ ਵਰਖਾ ਹੋ ਸਕਦੀ ਹੈ ਇਸ ਤੋਂ ਬਾਅਦ ਚ ਇਹ ਮੌਸਮ ਖੁਸ਼ਕ ਹੋ ਜਾਏਗਾ ਤਾਂ ਇਸ ਦੇ ਨਾਲ ਨਾਲ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਮੋਗਾ ਬਠਿੰਡਾ ਅਗਲੇ 12 ਘੰਟੇ ਦੇ ਵਿੱਚ ਇੱਕਾ ਦੁੱਖਾ ਥਾਵਾਂ ਤੇ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਦੇ ਵਿੱਚ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਵੇਗਾ ਲੁਧਿਆਣਾ ਦੇ ਵਿੱਚ ਅਗਲੇ 36 ਘੰਟੇ ਦੇ ਵਿੱਚ ਇੱਕ ਦੋ ਥਾਵਾਂ ਤੇ ਵਰਖਾ ਹੋ ਸਕਦੀ ਹੈ ਬਾਅਦ ਦੇ ਵਿੱਚ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਏਗਾ ਬਰਨਾਲਾ ਮਾਨਸਾ ਸੰਗਰੂਰ ਫਤੇਗੜ ਸਾਹਿਬ ਪਟਿਆਲਾ ਐਸਐਸ ਨਗਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸੰਭਾਵਨਾ ਇਹ ਹੈ ਕਿ ਅਗਲੇ 36 ਘੰਟੇ ਦੇ ਵਿੱਚ ਕੁਝ ਸਥਾਨਾਂ ਦੇ ਵਿੱਚ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਮੌਸਮ ਖੁਸ਼ਕ ਹੋ ਜਾਣ ਦੀ ਸੰਭਾਵਨਾ ਹੈ ਰੂਪਨਗਰ ਦੇ ਵਿੱਚ 12 ਘੰਟੇ ਤੱਕ ਵਰਖਾ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਦੇ ਵਿੱਚ ਮੌਸਮ ਖੁਸ਼ਕ ਹੋ ਜਾਏਗਾ ਤਾਂ ਕੁੱਲ ਮਲਾਕੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੀ ਜੇ ਆਪਾਂ ਗੱਲ ਕਰਦੇ ਹਾਂ ਕਿ ਕੇਵਲ ਇਹ 12 ਤੋਂ 36 ਘੰਟੇ ਦੇ ਵਿੱਚ ਲੱਗਦਾ ਹੈ ਕਿ ਕੁਝ ਏਰੀਆ ਦੇ ਵਿੱਚ ਵਰਖਾ ਹੋਏਗੀ ਉਸ ਤੋਂ ਬਾਅਦ ਦੇ ਵਿੱਚ ਮੌਸਮ ਖੁਸ਼ਕ ਹੋ ਜਾਏਗਾ ਤਾਂ ਖੁਸ਼ਕ ਮੌਸਮ ਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਵਰਖਾ ਨਹੀਂ ਹੋਏਗੀ ਕਿਉਂਕਿ ਲੋਕਲ ਘਟਨਾਵਾਂ ਕਿਤੇ ਵੀ ਘਟ ਸਕਦੀਆਂ ਹਨ ਮੌਸਮੀ ਵਾਰਨਿੰਗ ਪੰਜਾਬ ਦੇ ਵਿੱਚ ਕੋਈ ਖਾਸ ਵਾਰਨਿੰਗ ਇਸ ਸਮੇਂ ਨਹੀਂ ਹੈਗੀ ਲਗਭਗ ਪੂਰਾ ਹੀ ਪੰਜਾਬ ਗ੍ਰੀਨ ਹੈ ਇੱਕ ਦੋ ਥਾਵਾਂ ਦੇ ਉੱਪਰ yellow warning ਹੈ ਉਹ yellow warning ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਇੱਥੇ ਇਹ ਵਾਰਨਿੰਗ ਹੈ ਕਿ ਅਗਲੇ 12 ਘੰਟੇ ਦੇ ਵਿੱਚ ਇੱਕ ਦੋ ਥਾਵਾਂ ਤੇ ਥੰਡਰਸਟਾਰਮ ਦੇ ਨਾਲ ਬਿਜਲੀ ਲਿਚਕਣ ਦੀ ਘਟਨਾਵਾਂ ਘਟ ਸਕਦੀਆਂ ਹਰਿਆਣਾ ਦੀ ਗੱਲ ਕਰੀਏ ਤਾਂ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ ਸਭ ਤੋਂ ਪਹਿਲਾਂ ਕੇਂਦਰ ਸ਼ਾਸਿਤ ਚੰਡੀਗੜ੍ਹ ਰਹਿ ਗਿਆ ਇਹ ਇਹਦੇ ਵਿੱਚ ਅਗਲੇ 36 ਘੰਟੇ ਦੇ ਵਿੱਚ ਇੱਕ ਦੋ ਥਾਵਾਂ ਤੇ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਖੁਸ਼ਕ ਹੋਣਾ ਸ਼ੁਰੂ ਹੋ ਜਾਏਗਾ ਪੰਚਕੁਲਾ ਅੰਮਾਲਾ ਯਮਨਾ ਨਗਰ ਕੁਰਕ ਖੇਤਰ ਕਰਨਾਲ ਕੈਥਲ ਅਗਲੇ 36 ਘੰਟੇ ਦੇ ਵਿੱਚ ਕੁਝ ਸਥਾਨਾਂ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਦੇ ਵਿੱਚ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਵੇਗਾ ਮਹਿੰਦਰਗੜ ਰਿਵਾੜੀ ਗੁਰੂਗ੍ਰਾਮ ਫਰੀਦাবাদ ਮੇਵਾਤ ਪਲਵਲ ਝੱਜਰ ਰੋहतक ਸੋਨੀਪੱਤ ਪਾਣੀਪਤ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਅਗਲੇ 12 ਘੰਟਿਆਂ ਤੱਕ ਇੱਕ ਤੋਂ ਸਥਾਨਾਂ 'ਤੇ ਵਰਖਾ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਸੰਭਾਵਨਾ ਹੈ ਕਿ ਮੌਸਮ ਖੁਸ਼ਕ ਬਣਿਆ ਰਹੇਗਾ ਤੇ ਤਾਪਮਾਨ ਥੋੜੇ ਵਧਨੇ ਸ਼ੁਰੂ ਹੋਣਗੇ ਸਿਰਸਾ ਫਤਿਆਬਾਦ ਜੀਂਦ ਹਿਸਾਰ ਬਿਵਾਨੀ ਚਰਖੀਦਾਦਰੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਇਹੀ ਸੰਭਾਵਨਾ ਹੈ ਕਿ ਅਗਲੇ 12 ਘੰਟਿਆਂ ਦੇ ਵਿੱਚ 1 ਤੋਂ 25% ਏਰੀਏ ਦੇ ਵਿੱਚ ਹਲਕੀ-ਫੁਲਕੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਪ੍ਰਗਟ ਕੀਤੀ ਹੈ ਪੂਰੇ ਹਰਿਆਣਾ ਦੇ ਵਿੱਚ ਕੋਈ ਵਾਰਨਿੰਗ ਨਹੀਂ ਹੈਗੀ ਇੱਕ ਦੋ ਸਥਾਨਾਂ ਦੇ ਉੱਪਰ yellow warning ਹੈ ਜਿਵੇਂ ਕਿ ਕੁਰੂਕਸ਼ੇਤਰ ਕੈਥਲ ਕਰਨਾਲ ਇਹਨਾਂ ਦੇ ਵਿੱਚ ਅਗਲੇ 12 ਘੰਟਿਆਂ ਦੇ ਵਿੱਚ ਇੱਕ ਦੋ ਸਥਾਨਾਂ ਤੇ ਥੰਡਰਸਟੋਰਮ ਤੇ ਲਾਈਟਿੰਗ ਬਿਜਲੀ ਲਿਸ਼ਕਣ ਦੀਆਂ ਘਟਨਾਵਾਂ ਘਟ ਸਕਦੀਆਂ ਹਨ ਉਸ ਤੋਂ ਬਾਅਦ ਦੇ ਵਿੱਚ ਕਿਸੇ ਕਿਸਮ ਦੀ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ ਵਾਰਨਿੰਗ ਜਾਰੀ ਨਹੀਂ ਕੀਤੀ। ਗੰਗਾ ਨਗਰ ਹਰਮਾਨਗੜ੍ਹ ਦੇ ਵਿੱਚ ਚੰਗੀ ਵਰਖਾ ਹੋ ਰਹੀ ਹੈ। ਅਗਲੇ 12 ਘੰਟੇ ਵਰਖਾ ਬਣੇ ਰਹਿਣ ਦੀ ਸੰਭਾਵਨਾ ਹੈ। 24 ਘੰਟੇ ਇਹ ਉਸ ਤੋਂ ਬਾਅਦ ਦੇ ਵਿੱਚ ਜਾਂ ਕਹਿ ਲਓ ਕਿ ਹੁਣ ਤੋਂ 36 ਘੰਟੇ ਤੱਕ ਸੰਭਾਵਨਾ ਹੈਗੀ ਹੈ ਕਿ ਬੱਦਲਵਾਈ ਕੁਝ ਏਰੀਆ 'ਚ ਬਣੀ ਰਹੂਗੀ। ਜਦੋਂ ਕਿ 7 8 9 10 11 ਸਤੰਬਰ 2020 ਨੂੰ ਆਮ ਤੌਰ ਤੇ ਮੌਸਮ ਸਾਫ਼ ਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਪੱਛਮੀ ਉੱਤਰ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਗਰਜ ਚਮਕ ਦੇ ਨਾਲ ਕੁਝ ਜਗ੍ਹਾ ਛਿੱਟੇ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਰਹੂਗੀ 9 ਸਤੰਬਰ 2020 ਤੱਕ ਪਰੰਤੂ ਏਰੀਆ ਬਹੁਤ ਘੱਟ ਕਵਰ ਕਰੂਗੀ ਜਦੋਂ ਕਿ 6 ਨੂੰ ਇੱਕ ਦੋ ਸਥਾਨਾਂ ਤੇ ਇਹ yellow warning ਜਾਰੀ ਕੀਤੀ ਹੈ 7 ਸਤੰਬਰ ਦੇ ਲਈ ਇੱਕ ਦੋ ਸਥਾਨਾਂ ਦੇ ਉੱਪਰ ਇਹ ਭਾਰੀ ਵਰਖਾ ਹੋਣ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਲਖਨਊ ਨੇ ਜਾਰੀ ਕੀਤੀ ਹੈ। ਦੋਸਤੋ ਜੰਮੂ ਦੀ ਗੱਲ ਕਰੀਏ ਤਾਂ ਜੰਮੂ ਦੇ ਵਿੱਚ ਵੀ ਜਿਹੜਾ ਅਗਲਾ 12 ਘੰਟੇ ਦੇ ਵਿੱਚ ਇੱਕ ਦੋ ਸਥਾਨਾਂ 'ਤੇ ਵਰਖਾ ਹੋ ਸਕਦੀ ਹੈ। ਉਸ ਤੋਂ ਬਾਅਦ ਦੇ ਵਿੱਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। 8, 9, 10 ਅਤੇ 11 ਸਤੰਬਰ ਨੂੰ ਜਿਹੜਾ ਹੈਗਾ ਆਸਮਾਨ ਸਾਫ਼ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਇੱਕ ਸੂਚਨਾ ਇਹ ਹੈ ਕਿ 7 ਸਤੰਬਰ 2020 ਨੂੰ ਭਾਰਤੀ ਮੌਸਮ ਵਿਭਾਗ ਇੱਕ ਪ੍ਰੈਸ ਕਾਨਫਰੰਸ ਅਰੰਜਾ ਰਿਹਾ ਹੈ ਕਿ ਨੈਕਸਟ ਜਿਹੜਾ ਮੌਨਸੂਨ ਦਾ ਟਾਈਮ ਰਹਿ ਗਿਆ ਮੌਨਸੂਨ ਕਿਸ ਤਰੀਕੇ ਦੀ ਰਹੇਗੀ ਤਾਂ ਹੋ ਸਕਦਾ ਹੈ ਕਿ ਉਸ ਦੇ ਵਿੱਚ ਇਹ ਸਭ ਦੱਸਿਆ ਜਾਵੇ ਕਿ ਮੌਸਮ ਜਿਹੜਾ ਅੱਗੇ ਰਹਿਣ ਵਾਲਾ ਹੈ ਮੌਨਸੂਨ ਕਦੋਂ ਵਿਡਰਾਅ ਹੋਏਗੀ ਕਿਸ ਤਰੀਕੇ ਦੀ ਮੌਨਸੂਨ ਰਹੇਗੀ ਤਾਂ ਉਹ ਆਪਾਂ ਜਦੋਂ ਇਹਨਾਂ ਨੇ ਪ੍ਰੈਸ ਰਲੀ ਜਾਰੀ ਕੀਤੀ ਤਾਂ ਇਸ ਦੇ ਉੱਪਰ ਆਪਾਂ ਗੱਲ ਕਰਾਂਗੇ ਇਹ ਇਸ ਸਮੇਂ ਪ੍ਰੈਜੈਂਟ ਟਾਈਮ ਦਾ ਹੈਗਾ ਇਹ 7:59 ਮਿੰਟ 5 ਸਤੰਬਰ 2020 ਨੂੰ ਜਿੱਥੇ-ਜਿੱਥੇ ਗਰਜ ਚਮਕਦੀਆਂ ਘਟਨਾਵਾਂ ਘਟ ਰਹੀਆਂ ਜਾਂ ਜਿੱਥੇ ਵਰਖਾ ਹੋ ਰਹੀ ਹੈ ਤਾਂ ਇਸ ਮੈਪ ਦੇ ਵਿੱਚ ਉਹ ਦਿਖਾਇਆ ਗਿਆ ਹੈ। ਧੰਨਵਾਦ ਦੋਸਤੋ। ਮਿਹਰਬਾਨੀ ਦੋਸਤੋ।